ਦੇਸ਼ ਦੀ ਆਜ਼ਾਦੀ ਦੇ 75 ਸਾਲਾਂ ਦੀ ਯਾਦ ਵਿੱਚ ਫੌਜ ਅਤੇ ਹਵਾਈ ਫੌਜ ਵੱਲੋਂ ਕੱਲ ਦਿੱਲੀ ਤੋਂ ਦਰਾਸ ਤੱਕ ਸਾਂਝੀ ਸਾਈਕਲ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਇਹ ਸਾਈਕਲ ਮੁਹਿੰਮ ਨੂੰ ਕੌਮੀ ਜੰਗੀ ਯਾਦਗਾਰ ਤੋਂ ਹਰੀ ਚੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਸਾਈਕਲ ਮੁਹਿੰਮ ਦੀ ਟੀਮ ਵਿੱਚ 20 ਜਵਾਨ ਅਤੇ ਹਵਾਈ ਜਵਦੇ ਸ਼ਾਮਲ ਨੇ ਜਿਨ੍ਹਾਂ ਦੀ ਅਗਵਾਈ ਫੌਜ ਅਤੇ ਹਵਾਈ ਫੌਜ ਦੀਆਂ ਦੋ ਕਾਬਲ ਮਹਿਲਾ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ ਸਾਈਕਲ ਸਵਾਰ 24 ਦਿਨਾਂ ਵਿੱਚ 1600 ਕਿਲੋਮੀਟਰ ਦਾ ਸਫ਼ਰ ਤੈਅ ਕਰਨਗੇ ਇਸ ਸਾਈਕਲ ਮੁਹਿੰਮ ਕਾਰਗਿਲ ਜੰਗ ਦੌਰਾਨ ਕੁਰਬਾਨੀਆਂ ਦੇਣ ਵਾਲੇ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਇਸ ਮਹੀਨੇ ਦੀ 26 ਤਰੀਕ ਨੂੰ ਦਰਾਸ ਚ ਪੈਂਦੇ ਕਾਰਗਿਲ ਜੰਗੀ ਯਾਦਗਾਰ ਚ ਪੁੱਜ ਕੇ ਮੁਕੰਮਲ ਹੋਵੇਗੀ ਰੱਖਿਆ ਮੰਤਰਾਲਾ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਮੁਹਿੰਮ ਦਾ ਵਿਆਪਕ ਮੰਤਵ ਰਾਸ਼ਟਰਵਾਦ ਪ੍ਰਤੀ ਨੌਜਵਾਨਾਂ ਦੀ ਊਰਜਾ ਨੂੰ ਵਧਾਉਣਾ ਹੈ ਸਾਈਕਲ ਸਵਾਰ ਵੱਖ-ਵੱਖ ਪੜਾਵਾਂ ਤੇ ਸਕੂਲਾਂ ਕਾਲਜਾਂ ਦੇ ਬੱਚਿਆਂ ਨੌਜਵਾਨਾਂ ਅਤੇ ਆਮ ਲੋਕਾਂ ਨਾਲ ਗੱਲਬਾਤ ਵੀ ਕਰਨਗੇ